ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤਾਂ ਧੰਨਵਾਦ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਇਸੋ ਜੀ ਬਖਸ਼ੀ ਔਰ ਇਹ ਜਿਹੜਾ ਮਾਤਾ ਸਾਹਿਬ ਕੌਰ ਅਸੀਸ ਭਲਾਈ ਕੇਂਦਰ ਹੈ, ਇਹ ਮਹਾਂਪੁਰਸ਼ ਜਿਨ੍ਹਾਂ ਨੇ ਹੁਣ ਤੁਹਾਨੂੰ ਕੀਰਤਨ ਨਾਲ ਨਿਹਾਲ ਕੀਤਾ, ਬਹੁਤ ਵੱਡੀ ਸੇਵਾ ਅੰਮ੍ਰਿਤਸਰ ਔਰ ਪੰਜਾਬ ਦੇ ਬਾਕੀ ਇਲਾਕਿਆਂ 'ਚ ਕਰ ਰਹੇ ਨੇ। ਕਈ ਵਰ੍ਹਿਆਂ ਤੋਂ ਭਾਈ ਗੁਰੂ ਇਕਬਾਲ ਸਿੰਘ ਹੋਰਾਂ ਨੇ ਈਸਟ ਆਫ ਕੈਲਾਸ਼ ਜਿੱਥੇ ਬੀਬਾ ਜੀ ਦਾ ਘਰ ਹੈ ਔਰ ਇਹਨਾਂ ਦੇ ਨਾਲ ਜਿਹੜੀ ਹੋਰ ਟੀਮ ਲੱਗੀ ਹੈ, ਇਹ ਹਮੇਸ਼ਾ ਪਿੱਛੇ ਰਹਿ ਕੇ ਕੰਮ ਕਰਨ ਦੇ ਵਿੱਚ ਔਰ ਭਲਾਈ ਦੇ ਕੰਮ ਕਰਨ ਦੇ ਵਿੱਚ, ਕਿੰਨਿਆਂ ਨੂੰ ਰਾਸ਼ਨ, ਕਿੰਨਿਆਂ ਨੂੰ ਫੀਸਾਂ, ਕਿੰਨਿਆਂ ਨੂੰ ਕੰਪਿਊਟਰ ਸੈਂਟਰ, ਕਿੰਨਿਆਂ ਨੂੰ ਸਿਖਲਾਈ ਸੈਂਟਰ ਅੱਜ ਜਿਵੇਂ ਖੁੱਲ੍ਹਦਾ ਪਿਆ। ਭਾਈ ਵੀਰ ਸਿੰਘ ਦੀ ਕਵਿਤਾ ਹੈਗੀ ਹੈ, ਉਹਦੇ 'ਚ ਇੱਕ ਲਾਈਨ ਆਉਂਦੀ ਹੈ, ਮੈਂ ਸਮਝਦਾ ਪਰ ਮੈਂ ਉਸ ਲਾਈਨ ਨਹੀਂ ਰਹਿ ਸਕਿਆ ਇਸ ਵੇਲੇ ਦੁਨੀਆ ਦੀ ਨਜ਼ਰ 'ਚ ਰਹਿੰਦਾ। ਭਾਈ ਵੀਰ ਸਿੰਘ ਜੀ ਨੇ ਇੱਕ ਗੱਲ ਲਿਖੀ ਸੀ, ਮੈਨੂੰ ਲੁੱਕ ਛਿਪ ਟੁੱਲ ਜਾਣ ਦੀ ਚਾਹ, ਮੈਨੂੰ ਲੁੱਕੇ ਰਹਿਣ ਦੀ ਚਾਹ। ਮੈਂ ਸਮਝਦਾ ਕਿ ਬੰਦੇ ਕੰਮ ਕਰਕੇ ਆਪਣਾ ਨਾਂ ਵੀ ਅੱਗੇ ਨਹੀਂ ਆਉਣ ਦਿੰਦੇ ਔਰ ਐਸੇ ਐਸੇ ਕੰਮ ਕਰ ਜਾਂਦੇ ਨੇ ਜਿਹੜੇ ਸ਼ਾਇਦ ਵੱਡੀਆਂ ਵੱਡੀਆਂ ਸੰਸਥਾਵਾਂ ਨਹੀਂ ਕਰ ਸਕਦੀਆਂ। ਇਹ ਭਾਈ ਸਾਹਿਬ ਨੇ ਜਿਹੜੀ ਇਹਨਾਂ 'ਤੇ ਕਿਰਪਾ ਕੀਤੀ, ਇਹਨਾਂ ਨੂੰ ਸੋਝੀ ਬਖਸ਼ੀ ਹੈ, ਅੱਜ ਜਿਵੇਂ ਹੁਣੇ ਬੀਬੀ ਜੀ ਨੇ ਨਾਮ ਲਏ ਨੇ ਹੋਰ ਸੱਜਣਾਂ ਦੇ ਜਿਨ੍ਹਾਂ ਨੇ ਇਹਦੇ 'ਚ ਹਿੱਸਾ ਪਾਇਆ, ਭਾਵੇਂ ਕੋਈ ਰੋਟਰੀ ਕਲੱਬ ਵੱਲੋਂ ਹੋਵੇ, ਭਾਵੇਂ ਇੰਡੀਵਿਜੁਅਲੀ ਹੋਵੇ। ਲੋਕਾਂ ਨੂੰ ਵੀ ਉਦਮ ਹੁੰਦਾ ਕਿ ਜੇ ਕੋਈ ਭਰੇ ਦੇ ਕੰਮ ਵਾਸਤੇ ਉਹਨਾਂ ਦਾ ਵੀ ਕਿਤੇ ਦਸਵੰਧ ਲੱਗ ਜਾਵੇ ਤੇ ਬੜੀ ਵੱਡੀ ਗੱਲ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਦਿੱਲੀ ਦੀ ਸੰਗਤ ਨੇ ਦਿੱਤੀ ਹੈ, ਤੁਹਾਡੇ ਸਾਹਮਣੇ ਹੈ ਕਿ ਭਾਵੇਂ ਉਹ ਧਰਮ ਪ੍ਰਚਾਰ ਦੀ ਗੱਲ ਹੋਵੇ, ਐਜੂਕੇਸ਼ਨ ਦੀ ਗੱਲ ਹੋਵੇ, ਸਿੱਖਾਂ ਦੇ ਮਸਲਿਆਂ ਦੀ ਗੱਲ ਹੋਵੇ, 1984 ਦੀ ਗੱਲ ਹੋਵੇ, ਆਪਣੇ ਇਤਿਹਾਸ ਨੂੰ ਅੱਗੇ ਲਿਆਉਣ ਦੀ ਗੱਲ ਹੋਵੇ, ਆਪਣਾ ਇਤਿਹਾਸ ਰੋਲਿਆ ਗਿਆ ਸੀਗਾ। ਮੈਂ ਰੋਜ਼ ਦਿਹਾੜੀ ਕੋਈ ਨਾ ਕੋਈ ਮੈਨੂੰ ਸੱਜਣ ਮਿਲਦੇ ਨੇ ਔਰ ਜਦੋਂ ਕਿਸੇ ਇਤਿਹਾਸ ਦੀ ਗੱਲ ਕਰਦੇ ਨੇ ਤੇ ਮੇਰੇ ਆਪਣੇ ਨੌਕਤੇ ਖੜੇ ਹੋ ਸਕਦੇ ਨੇ ਕਿ ਮੈਨੂੰ ਅੱਜ ਪਤਾ ਲੱਗ ਰਿਹਾ ਤੇ ਆਮ ਲੋਕਾਂ ਦਾ ਤੇ ਪਤਾ ਨਹੀਂ ਕਦੋਂ ਪਹੁੰਚੇਗਾ। ਅੱਜ ਤੁਹਾਡੇ ਸਾਹਮਣੇ ਹੈ ਕਿ ਜੇ ਲਾਲ ਕਿਲ੍ਹੇ ਦਾ ਇਤਿਹਾਸ ਆਇਆ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਆਈ, ਹੁਣ 3 ਮਈ ਨੂੰ ਜੱਸਾ ਸਿੰਘ ਆਹਲੂਵਾਲੀਆ ਜੀ ਉਹਨਾਂ ਦੀ ਸ਼ਤਾਬਦੀ, ਜਨਮ ਸ਼ਤਾਬਦੀ 300 ਸਾਲ ਆ ਰਹੀ ਹੈ। ਬਹੁਤ ਵੱਡੇ ਪੱਧਰ ਤੇ ਅਸੀਂ SGPC ਅੰਮ੍ਰਿਤਸਰ ਔਰ ਦਿੱਲੀ ਕਮੇਟੀ ਔਰ ਬਾਕੀ ਸੰਸਥਾਵਾਂ ਮਿਲ ਕੇ, ਤਾਂ ਕਿ ਦੁਨੀਆਂ ਨੂੰ ਪਤਾ ਲੱਗੇ ਕਿ ਸਾਡੇ ਜਿਹੜੇ ਜਰਨੈਲ ਹੋਏ ਨੇ ਕਿਹੋ ਜਿਹੇ ਹੋਏ ਨੇ। ਤਕਰੀਬਨ ਅਸੀਂ ਵੀ ਜਦੋਂ ਛੋਟੇ ਹੁੰਦੇ ਸਕੂਲ 'ਚ ਪੜ੍ਹਦੇ ਹੁੰਦੇ ਸੀ ਤੇ ਛੇੜਦੇ ਹੁੰਦੇ ਸੀ ਨਾ ਕਿ ਸਰਦਾਰ ਤੇਰੇ 12 ਵੱਜ ਗਏ। ਅੱਜ ਹੌਲੀ ਹੌਲੀ 12 ਵਜੇ ਦਾ ਇਤਿਹਾਸ ਲੋਕਾਂ ਅੱਗੇ ਆ ਰਿਹਾ ਕਿ ਰਾਤੀ ਜਦੋਂ 12 ਵਜੇ ਸਿੱਖ ਫੌਜੀ ਅਹਿਮਦ ਸ਼ਾਹ ਅਬਦਾਲੀ ਵਰਗੇ ਹਮਲਾਵਰ ਤੇ ਜਿਹੜੇ ਸੋਮਨਾਥ ਮੰਦਰ ਦੇ ਦਰਵਾਜ਼ੇ ਲਾ ਕੇ ਲੈ ਜਾਂਦਾ ਸੀ, ਜਿਹੜੀਆਂ ਹਜ਼ਾਰਾਂ ਕੁੜੀਆਂ ਤੇ ਲੋਕਾਂ ਨੂੰ ਬੰਦੀ ਬਣਾ ਕੇ ਬਰਫ਼ ਬੁਖਾਰਾ ਤੇ ਬਗਦਾਦ ਦੇ ਬਾਜ਼ਾਰਾਂ 'ਚ ਨਿਲਾਮ ਕਰਦਾ ਸੀਗਾ, ਅਗਰ ਉਹਨਾਂ ਨੂੰ ਕਿਸੇ ਨੇ ਛੁਡਵਾਇਆ ਸੀ ਤੇ ਉਹ ਸਿੱਖਾਂ ਨੇ ਛੁਡਵਾਇਆ ਸੀ। ਔਰ ਉਹਨਾਂ 'ਚੋਂ ਇੱਕ ਨਾਮ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਹੈ, ਜਿਨ੍ਹਾਂ ਨੇ ਇੱਕੋ ਰਾਤ 2500 ਕੁੜੀ ਛੁਡਾਈ ਸੀ ਹਿੰਦੁਸਤਾਨ, 2500 ਕੁੜੀ, ਔਰ ਫਿਰ ਖਾਲੀ ਛੁਡਾਈ ਨਹੀਂ। ਫਿਰ ਖਾਲੀ ਛੁਡਵਾਈ ਨਹੀਂ, ਉਹ ਭਾਵੇਂ ਤਮਿਲਨਾਡੂ, ਭਾਵੇਂ ਰਾਜਸਥਾਨ, ਭਾਵੇਂ ਬਿਹਾਰ 'ਚ ਕਿਸੇ ਪਿੰਡ ਦੇ ਵਿੱਚ ਛੱਡਣੀ ਹੋਵੇ ਤੇ ਸਿੰਘਾਂ ਦੀ ਡਿਊਟੀਆਂ ਲੱਗੀਆਂ ਸੀ ਕਿ ਇਹਨਾਂ ਦੇ ਮਾਪਿਆਂ ਕੋਲ ਛੱਡ ਕੇ ਆਓ। ਔਰ ਉਸ ਤੋਂ ਇਲਾਵਾ 14,500 ਬੰਦੀ ਜਿਹੜੇ ਇਸ ਮੁਲਕ ਦੇ ਬਣਾ ਕੇ ਉਹ ਲੈ ਗਏ ਸੀ, ਜਿਨ੍ਹਾਂ ਨੂੰ ਉੱਥੇ ਜਾ ਕੇ ਉਹਨਾਂ ਨੇ ਨਿਲਾਮ ਕਰਨਾ ਸੀ, ਜਿਨ੍ਹਾਂ ਨੂੰ ਅਸੀਂ ਹਿਸਟਰੀ ਪੜ੍ਹਦੇ ਹੁੰਦੇ ਸੀ ਸਲੇਵਸ ਕਿਹਾ ਜਾਂਦਾ, ਬੰਧੂਆ ਮਜ਼ਦੂਰ ਕਿਹਾ ਜਾਂਦਾ। ਇਹ ਇਤਿਹਾਸ ਹੈ ਸਾਡਾ, ਫਸਟ ਵਰਲਡ ਵਾਰ, ਸੈਕਿੰਡ ਵਰਲਡ ਵਾਰ,
ਮੈਂ ਹੈਰਾਨ ਹੁੰਦਾ ਵਾਂ ਜਦੋਂ ਫਰਾਂਸ ਦੇ ਲੋਕਾਂ ਦੀਆਂ ਕਿਤੇ ਨਾ ਕਿਤੇ ਲਿਖਤਾਂ ਪੜ੍ਹ ਲੈਂਦਾ ਵਾਂ ਕਿ ਸਿੱਖਾਂ ਬਾਰੇ ਉਹ ਕੀ ਲਿਖਦੇ ਪਏ ਨੇ। ਮੈਂ ਸਮਝਦਾ ਇਹ ਇਤਿਹਾਸ ਨੂੰ ਅਸੀਂ ਹੌਲੀ ਹੌਲੀ ਅੱਗੇ ਲਿਆ ਰਹੇ ਹਾਂ। ਹਾਂ, ਇੱਕ ਗੱਲ ਜ਼ਰੂਰ ਧਿਆਨ ਰੱਖੀਏ, ਕਿਤੇ ਇਤਿਹਾਸ ਸੁਣ ਕੇ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ। ਇਤਿਹਾਸ ਸੁਣ ਕੇ ਫਖਰ ਜ਼ਰੂਰ ਕਰੋ, ਲੇਕਿਨ ਇਹ ਗੱਲ ਸਮਝ ਲੈਣਾ ਇਤਿਹਾਸ ਬਣਾਉਣ ਦਾ ਵਾਅਦਾ ਗੁਰੂ ਸ਼ਬਦ ਚੋਂ ਆਉਂਦਾ। ਆਪਾਂ ਮੇਰੇ ਸਮੇਂ ਜਿੰਨੇ ਇੱਥੇ ਬੈਠੇ ਨਾ, ਹੁਣੇ ਜਿਹੜਾ ਜੀ ਸੂਈ ਚੱਪੇ ਦਾ ਦਰਦ ਹੁੰਦੀ ਹੈ, ਲੇਕਿਨ ਜਦੋਂ ਗੁਰੂ ਸ਼ਬਦ ਵਸ ਜਾਂਦਾ ਉਦੋਂ ਆਰਾ ਚੱਲਦਾ ਹੁੰਦਾ ਤੇ ਅੰਦਰੋਂ ਏਕੰਕਾਰ ਸਤਨਾਮ ਨਿਕਲ ਰਿਹਾ ਹੁੰਦਾ। ਜਦੋਂ ਬੰਦ ਬੰਦ ਕੱਟੇ ਜਾ ਰਹੇ ਹੁੰਦੇ ਨੇ ਕਰਦੀਆਂ, ਸ਼ਾਮ ਨੂੰ ਕੋਈ ਚਾਰ ਪੈਰ ਦਿਨ ਦੇ ਸੁੱਖ ਦੇ ਬਤੀਤ ਹੋਏ, ਆਉਣ ਵਾਲੇ ਰਾਤ ਦੇ ਸੁੱਖ ਦੇ ਬਤੀਤ। ਕਹਿੰਦੇ ਹਮਨੇ ਹਰੇਕ ਧਰਮ ਕੇ ਆਦਮੀ ਕੋ ਮਾਨਤੇ ਦੇਖਾ, ਸਰਦਾਰ ਕੋ ਕਭੀ ਮਾਨਤੇ ਨਹੀਂ ਦੇਖਾ। ਅੱਜ ਲੱਖਾਂ ਬੰਦਿਆਂ ਨੂੰ ਅਗਰ ਕੋਈ ਲੰਗਰ ਛਕਾ ਰਿਹਾ ਤੇ ਉਹ ਗੁਰੂ ਨਾਨਕ ਛਕਾ ਰਿਹਾ। ਮੈਨੂੰ ਇੱਕ ਬਹੁਤ ਵੱਡੇ ਮਿਨਿਸਟਰ ਨੇ ਹਫ਼ਤਾ ਪਹਿਲੇ ਆਖਿਆ, ਉਹਨੇ ਆਖਿਆ ਕਿ ਮੈਨੂੰ ਇਹ ਨਹੀਂ ਸਮਝ ਆਉਂਦੀ ਰਾਈਟ ਟੂ ਫੂਡ ਦਾ ਐਕਟ ਹਿੰਦੁਸਤਾਨ ਦੀ ਸਰਕਾਰ ਨੇ ਅੱਜ ਪਾਸ ਕੀਤਾ। ਇਹ ਗੱਲ ਸਮਝੋ ਕਿ ਹਰੇਕ ਬੰਦੇ ਨੂੰ ਖਾਣਾ ਮਿਲਣਾ ਚਾਹੀਦਾ, ਐਕਟ ਪਾਸ ਕੀਤਾ, ਇਹ ਐਕਟ ਹੀ ਰਹਿਣਾ, ਇਹ ਸਰਕਾਰਾਂ ਤੋਂ ਹੋ ਨਹੀਂ ਪਾਣਾ। ਲੇਕਿਨ 500 ਸਾਲ ਪਹਿਲੇ ਗੁਰੂ ਨਾਨਕ ਸਾਹਿਬ ਦੇ ਦਿਮਾਗ ਚ ਕਿਤਾ ਆ ਗਿਆ ਸੀ ਕਿ ਜੋ ਤੁਸੀਂ ਅੱਜ ਐਕਟ ਪਾਸ ਕਰਦੇ ਪਏ ਹੋ, 550 ਸਾਲਾਂ ਗੁਰੂ ਨਾਨਕ ਪਾਤਸ਼ਾਹ ਦੀ 2019 ਜਾਣਾ, ਉਹਨਾਂ ਨੇ ਲੰਗਰ ਦੀ ਪ੍ਰਥਾ ਉਹਨਾਂ ਦੇ ਦਿਮਾਗ ਕਿੱਥੋਂ ਆਈ, ਕਿੱਥੋਂ ਸ਼ੁਰੂ ਕੀਤੀ। ਅੱਜ ਇੰਟਰਨੈਸ਼ਨਲ ਆਰਗੇਨਾਈਜੇਸ਼ਨ, ਅੱਜ ਵਰਲਡ ਬੁੱਕ ਰਿਕਾਰਡ ਵਾਲੇ ਆ ਕੇ ਬੰਗਲਾ ਸਾਹਿਬ ਸਾਨੂੰ ਅਵਾਰਡ ਦੇ ਕੇ ਜਾ ਰਹੇ ਨੇ। ਇਹ ਅਵਾਰਡ ਗੁਰੂ ਨਾਨਕ ਨੂੰ ਮਿਲ ਰਹੇ ਨੇ। ਇਹ ਅਵਾਰਡਾਂ ਦੀ ਲੋੜ ਨਹੀਂ, ਗੁਰੂ ਨਾਨਕ ਸਾਹਿਬ ਨੇ ਕੰਮ ਅਵਾਰਡਾਂ ਦੇ ਲਈ ਸ਼ੁਰੂ ਕੀਤੇ ਸੀਗੇ। ਮੈਂ ਸੋਚਦਾ ਕਿ ਜੇ ਵਿਮੈਨ ਇੰਪਲੀਮੈਂਟ ਦੀ ਗੱਲ ਕੀਤੀ, ਕੱਲ ਇੱਕ ਸੈਮੀਨਾਰ ਸੀਗਾ, ਮੈਂ ਸਾਇੰਸ ਐਂਡ ਟੈਕਨੋਲੋਜੀ ਦੇ ਉੱਤੇ ਜੇ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰ ਲਵਾਂ, ਮਤਲਬ ਅੱਜ ਮੈਂ ਸ਼ਾਮ ਤੱਕ ਬੋਲਦਾ ਚਲੇ ਜਾਵਾਂ ਤੇ ਸਭ ਕੁਝ ਬੋਲਣ ਯੋਗਾ ਹੈ। ਗੁਰੂ ਇੰਨਾ ਕੁਝ ਸਾਨੂੰ ਦੇ ਗਿਆ ਕਿ ਅੱਜ ਗਲੀਲੀਓ ਨਾਮ ਅਸੀਂ ਬੱਚਿਆਂ ਨੇ ਜ਼ਰੂਰ ਪੜ੍ਹਿਆ ਹੋਣਾ। ਕੋਪਰਨਿਕਸ ਮਾਰਗ ਹੈ ਜਿਹੜਾ ਇੰਡੀਆ ਗੇਟ ਤੋਂ ਨਿਕਲਦਾ, ਜਿੱਥੇ ਇੰਜਨ ਖੜਾ ਇੱਕ ਪੁਰਾਣਾ ਜਿਹਾ, ਇਹ ਕੋਪਰਨਿਕਸ ਔਰ ਗਲੀਲੀਓ ਦੋ ਬੰਦੇ ਹੋਏ ਸੀ ਜਿਨ੍ਹਾਂ ਨੇ ਟੈਲੀਸਕੋਪ ਇਜਾਦ ਕੀਤਾ ਸੀ। ਹੁਣ ਮੈਂ ਟੈਕਨੋਲੋਜੀ ਦੀ ਗੱਲ ਕਰਦਾ ਗੁਰੂ ਨਾਨਕ ਦੀ। ਉਹਨਾਂ ਉਹ ਗੁਰੂ ਨਾਨਕ ਸਾਹਿਬ ਤੋਂ 50-100 ਸਾਲ ਬਾਅਦ ਜੰਮੇ ਨੇ, ਉਹਨਾਂ ਨੇ ਟੈਲੀਸਕੋਪ ਲੱਭਿਆ, ਫਿਰ ਦੱਸਿਆ ਕਿ ਸੂਰਜ ਧਰਤੀ ਦੇ ਆਸ ਪਾਸ ਨਹੀਂ ਘੁੰਮਦਾ, ਧਰਤੀ ਘੁੰਮਦੀ ਹੈ। ਤੇ ਕਿਉਂਕਿ ਬਾਈਬਲ ਦੇ ਵਿੱਚ ਇੱਦਾਂ ਹੀ ਲਿਖਿਆ ਗਿਆ ਸੀ, ਉਹਨਾਂ ਦੋਵਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਲੇਕਿਨ ਗੁਰੂ ਨਾਨਕ ਪਾਤਸ਼ਾਹ ਉਹਨਾਂ ਤੋਂ 100 ਵਰੇ ਪਹਿਲੇ ਲਿਖ ਗਏ ਜਪਜੀ ਸਾਹਿਬ ਦੇ ਵਿੱਚ ਕਿ ਇਹ ਇੱਕ ਮੰਡਲ ਵੇਸ ਨਹੀਂ ਹੈ, ਇਹ ਕੋਸਮੋਸ ਦੇ ਉੱਤੇ ਜੋ ਗੁਰੂ ਨਾਨਕ ਸਾਹਿਬ ਲਿਖੇ ਨੇ, ਕਿੰਨੇ ਸੂਰਜ, ਕਿੰਨੇ ਚੰਨ, ਕਿੰਨੇ ਮੰਡਲ ਵੇਸ ਨੇ, ਮੈਂ ਸਮਝਦਾ ਕਿੱਥੋਂ ਉਹਨਾਂ ਨੂੰ ਸੋਝੀ ਪਈ ਸੀ। ਸਮੁੰਦਰ ਦੇ ਥੱਲੇ ਤੇ ਧਰਤੀ ਦੇ ਥੱਲੇ ਕਿੰਨੇ ਜੀਵ ਜੰਤੂ ਨੇ ਗੁਰੂ ਨਾਨਕ ਸਾਹਿਬ ਲਿਖੇ ਨੇ, ਅਸੀਂ ਅੱਜ ਲੱਭਦੇ ਪਏ ਹਾਂ ਟੈਕਨੋਲੋਜੀ ਦੇ ਨਾਲ। ਮੈਂ ਸਮਝਦਾ ਕਿ ਅਗਰ ਅਸੀਂ ਆਪਣੇ ਧਰਮ ਨੂੰ ਇਤਿਹਾਸ ਵਾਲੇ ਪਾਸੇ, ਟੈਕਨੋਲੋਜੀ ਵਾਲੇ ਪਾਸੇ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮ ਪਿਤਾ ਤੱਕ ਜੋ ਜੋ ਕਰ ਗਏ ਨੇ, ਜੇ ਇਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਈਏ ਤੇ ਦੁਨੀਆਂ ਦੇ ਵਿੱਚ ਅਗਰ ਕੋਈ ਸਾਡਾ ਲੋਹਾ ਮੰਨੇਗਾ ਤੇ ਸਾਰੀ ਦੁਨੀਆਂ ਨੂੰ ਮੰਨਣਾ ਪੈਗਾ। ਇਸ ਕਰਕੇ ਨਹੀਂ ਕਿ ਅਸੀਂ ਦੇਖਣ ਨੂੰ ਕੋਈ ਵੱਖਰਿਆ, ਇਸ ਕਰਕੇ ਕਿ ਜੋ ਸਾਡੇ ਗੁਰੂਆਂ ਨੇ ਕਿਹਾ ਉਹ ਅੱਜ ਵੀ ਰੈਲੇਵੈਂਟ ਹੈ, ਉਹ ਅੱਜ ਤੋਂ 500 ਸਾਲ ਬਾਅਦ ਵੀ ਹੋਏਗਾ, ਅੱਜ ਤੋਂ 50,000 ਸਾਲ ਵੀ ਰੈਲੇਵੈਂਟ ਹੋਏਗਾ। ਜੋ ਗੁਰੂ ਗੱਲ ਕਹਿ ਕਹਿੰਦੇ ਉਹੀ ਗੱਲ ਸੱਚੀ ਹੋਏਗੀ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ, ਬਹੁਤ ਬਹੁਤ ਵਧਾਈ, ਵਾਹਿਗੁਰੂ ਜੀ ਕਾ ਖਾਲਸਾ।